ਲਓ ਸੰਗਤ ਜੀ, ਪਹਿਲਾਂ ਤੁਸੀਂ ਦੇਖਿਆ ਸਾਰਾ ਪ੍ਰੋਗਰਾਮ ਜਿਹੜਾ ਜੋਤ ਨੂੰ ਆਪਾਂ ਪਰਿਕਰਮਾ ਕਰਾ ਕੇ ਮਹੰਤ ਚਿਮਟੇ ਵਾਲਿਆਂ ਦੇ ਮੰਦਰ ਤੱਕ ਲੈ ਕੇ ਆਏ ਹਾਂ, ਉਸ ਜਾਗਰਣ ਵਾਲੀ ਜਗਤ ਲੈ ਕੇ ਆਏ ਹਾਂ। ਜਾਗਰਣ ਵਿੱਚ ਜੋਤ ਬਿਰਾਜਮਾਨ ਆ ਅਤੇ ਟਾਈਮ ਹੋ ਚੁੱਕਾ ਜਾਗਰਣ ਸ਼ੁਰੂ ਹੋਣ ਦਾ। ਸੋ ਲੈ ਚੱਲਦੇ ਤੁਹਾਨੂੰ ਬਿਲਕੁਲ ਮੰਦਰ ਦੇ ਬਾਹਰ ਤਰਵਾਣੀ ਵਾਲੇ ਥੜੇ 'ਤੇ, ਜਿੱਥੇ ਕਿ ਜਾਗਰਣ ਲਈ ਪੂਰੀ ਸਟੇਜ ਲੱਗੀ ਹੋਈ ਆ, ਉਹ ਸਾਰੇ ਕਰਾਉਂਦੇ ਤੁਹਾਨੂੰ ਦਰਸ਼ਨ। ਸੋ ਬਿਲਕੁਲ ਮੰਦਰ ਦੇ ਬਾਹਰ ਆ ਜੀ, ਬਹੁਤ ਸੋਹਣਾ ਲੜੀਆਂ ਨਾਲ ਸਜਾਇਆ ਹੋਇਆ ਮੰਦਰ ਨੂੰ। ਕਹਿੰਦਾ ਜੋ ਬਾਪ ਦਾਈ
ਉਸੇ ਜੋਤ ਉੱਤੇ ਮੇਰੀਆਂ ਮਾਤਾ ਭੈਣਾਂ ਨੂੰ ਆਦਤ ਹੈ
ਦੇਖੋ ਆਪਾਂ ਕਿੰਨੇ ਦੂਰੋਂ ਚੱਲ ਕੇ ਲਏ ਆ ਮਹਾਰਾਜ ਜੋਤ ਉਹਦਾ ਆਦਰ ਕਰਦੇ ਆ ਸਤਿਕਾਰ ਕਰਦੇ ਆ ਤਾਂ ਹੀ ਲੈ ਕੇ ਆਏ ਆ ਆਪਣੇ ਤੋਂ ਵੱਡੇ ਹੈ ਤਾਂ ਹੀ ਆਪਾਂ ਪੂਜਦੇ ਉਹਨਾਂ ਨੂੰ ਪੂਜਣ ਜੋ ਮਾਤਾ ਭੈਣਾਂ ਨੂੰ ਮੇਰੇ ਵੀਰਾਂ ਨੂੰ ਆਦਤ ਹੈ ਕਿ ਆ ਕੇ ਹੱਥ ਫੇਰ ਕੇ ਆਪਣੇ ਮੂੰਹ ਤੇ ਲਾਉਣਗੇ ਆਪਣੇ ਬੱਚਿਆਂ ਦੇ ਮੂੰਹ ਤੇ ਲਾਉਣਗੇ ਜਦ ਇੰਨੀ ਸੰਗਤ ਬੈਠੀ ਹੈ ਕੋਈ ਵੀ ਮੈਨੂੰ ਕਹਿ ਦੇਵੇ ਕਿ ਸਾਨੂੰ ਆਹ ਮਿਲਦਾ ਹੱਥ ਫੇਰਨਾ ਕੁਛ ਨਹੀਂ ਮਿਲਦਾ ਔਰ ਕਿਸੇ ਨੂੰ ਪਤਾ ਨਹੀਂ ਅੱਜ ਕੱਲ੍ਹ ਜਦੋਂ ਵੀ ਜੋਤ ਲੈ ਕੇ ਆਉਂਦੇ ਆ ਭਵਨਾਂ ਤੋਂ ਉਹ ਵੀ ਇੰਸਟਰਕਸ਼ਨਾਂ ਦਿੰਦੇ ਹੈ ਕਿ ਇਸ ਜੋਤ ਦੇ ਉੱਤੇ ਕਿਸੇ ਨੂੰ ਵੀ ਹੱਥ ਨਹੀਂ ਫੇਰਨਾ ਵਿਡੰਬਣਾ ਹੈ ਕਿ ਕੋਈ ਦੱਸਦਾ ਵੀ ਨਹੀਂ ਦੇਖੋ ਜਿੱਦਾਂ ਆਪਾਂ ਆਦਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਆਪਣੇ ਤੋਂ ਵੱਡੇ ਹੈ ਤਾਂ ਹੀ ਕਰਦੇ ਹਾਂ ਉਹਦੀ ਪੂਜਾ ਕਰਦੇ ਹਾਂ ਆਪਾਂ ਜਦੋਂ ਆ ਕੇ ਹੱਥ ਫੇਰਦੇ ਹਾਂ ਇੱਥੇ ਸਾਡੇ ਹੱਥ ਕਦੀ ਸੁੱਚੇ ਨਹੀਂ ਹੁੰਦੇ ਦੂਸਰਾ ਜਦੋਂ ਆਪਾਂ ਹੱਥ ਫੇਰਦੇ ਹਾਂ ਤਾਂ ਮਾਮਾ ਜੀ ਨੂੰ ਆਸ਼ੀਰਵਾਦ ਦਿੰਦੇ ਹਾਂ ਆਸ਼ੀਰਵਾਦ ਦੇਣ ਦੀ ਆਪਣੀ ਔਕਾਤ ਨਹੀਂ ਹੈ ਆਪਾਂ ਆਸ਼ੀਰਵਾਦ ਲੈਣਾ ਹੈ ਮਾਪੋ ਜੀ ਨੂੰ ਆ ਕੇ ਆਸ਼ੀਰਵਾਦ ਦੇਣਾ ਇਸ ਵਾਸਤੇ ਜਿਨ੍ਹਾਂ ਨੇ ਇਹ ਗਲਤੀ ਕੀਤੀ ਹੈ ਉਹਨਾਂ ਪਛਤਾਉਣਾ ਨਹੀਂ ਹੈ ਕਿ ਭੁੱਲਾਂ ਚੁੱਕਾਂ ਮਾਫ ਕਰਦੀ ਹੈ ਮਾਪੋ ਜੀ ਪਰ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖਿਓ ਕਈ ਦਫ਼ਾ ਜਗਰਾਤਿਆਂ ਜੋਤਾਂ ਪ੍ਰਸੰਨ ਕੀਤੀਆਂ ਜਾਂਦੀਆਂ ਕਈ ਦਫ਼ਾ ਇਹਨਾਂ ਦਾ ਜਵਾਲਾ ਜੀ ਤੋਂ ਚਿੰਤਪੁਰਨੀ ਜਵਾਲਾ ਜੀ ਮਹਾਮਾਈ ਤੋਂ ਜੋਤਾਂ ਆਉਂਦੀਆਂ ਕਦੇ ਵੀ ਹੱਥ ਨਹੀਂ ਫੇਰਨਾ ਦੂਰ ਖੜੇ ਹੋ ਕੇ ਮਾਂ ਦਿਲਾਂ ਦੀਆਂ ਜਾਣਦੀ ਹੈ ਸਭ ਦੀਆਂ ਦਿਲਾਂ ਦੀਆਂ ਜਾਣਦੀ ਹੈ ਜੋ ਵੀ ਤੁਸੀਂ ਮੰਗਣਾ ਮੰਗਣਾ ਆਪਣਾ ਫਰਜ਼ ਹੈ ਮਾਂ ਤੋਂ ਨਹੀਂ ਮੰਗਣਾ ਤਾਂ ਹੋਰ ਕਿੱਥੋਂ ਮੰਗਣਾ ਆਪਾਂ ਮੰਗਣਾ ਆਪਣਾ ਫਰਜ਼ ਹੈ ਦੂਰ ਖੜੇ ਹੋ ਕੇ ਮਹਾਮਾਈ ਜੋਤ ਦੇ ਦਰਸ਼ਨ ਕਰੋ ਆਪਣੀ ਨਜ਼ਰਾਂ ਦੇ ਨਾਲ ਮਹਾਮਾਈ ਜੋਤ ਦੇ ਨਜ਼ਰਾਂ ਮਿਲਾਓ ਔਰ ਉੱਥੋਂ ਮਹਾਮਾਈ ਤੋਂ ਜੋ ਵੀ ਤੁਸੀਂ ਮੰਗਣਾ ਜੋ ਵੀ ਅਰਦਾਸ ਬੇਨਤੀ ਕਰਨੀ ਉਹ ਕਰੋ ਮੰਗਣੀ ਸਭ ਦੀਆਂ ਸੁਣਦੀ ਹੈ ਜਿਹਦੇ ਕਰਕੇ ਇਹਨਾਂ ਦੇ ਕਿ ਦੇਰ ਹੋ ਸਕਦੀ ਹੈ ਅੰਧੇਰ ਨਹੀਂ ਹੁੰਦਾ ਕਈ ਦਫ਼ਾ ਸਾਡੇ ਕੀਤੇ ਹੋਏ ਕਰਮ ਜਿਹੜੇ ਆ ਉਹ ਅੱਗੇ ਆ ਜਾਂਦੇ ਆ ਤਾਂ ਦੇਰ ਸਵੇਰ ਹੋ ਜਾਂਦੀ ਹੈ ਪਰ ਇਹਦੇ ਕਰ ਕੋਈ ਦੇਰ ਨਹੀਂ ਹੁੰਦੀ ਬਾਕੀ ਮਨ ਦੇ ਅੰਦਰ ਸ਼ਰਧਾ ਰੱਖਣੀ ਚਾਹੀਦੀ ਵਿਸ਼ਵਾਸ ਰੱਖਣਾ ਚਾਹੀਦਾ ਮਹਾਣੀ ਜੋ ਵੀ ਸ਼ਰਧਾ ਵਿਸ਼ਵਾਸ ਨਾਲ ਆ ਕੇ ਨਤਮਸਤਕ ਹੁੰਦੇ ਆ ਮਹਾਣੀ ਉਹਨਾਂ 'ਤੇ ਕਿਰਪਾ ਕਰਦੀ ਹੈ ਇਹਨਾਂ ਛੋਟੀ ਛੋਟੀ ਚੀਜ਼ਾਂ ਧਿਆਨ ਰੱਖ ਕੇ ਦੇਖੋ ਮਹਾਣੀ ਕਿਸ ਤਰ੍ਹਾਂ ਕਿਰਪਾ ਕਰਦੀ ਹੈ ਤਾਂ ਆਓ ਉਸੇ ਜੋਤ ਦੀ ਮਹਿਮਾ ਕਹਿਣ ਲੱਗਿਆ ਕਿ ਬੜੇ ਭਾਗਾਂ ਵਾਲੀ ਹੁੰਦੀ ਆ ਉਹ ਥਾਂ ਉਹ ਬੜੇ ਭਾਗਾਂ ਵਾਲੀ ਹੁੰਦੀ ਆ ਉਹ ਥਾਂ ਕਿ ਜਿੱਥੇ ਮਾਂ ਦੀ ਜੋਤ ਜਗੀ ਦੀ ਬੜੇ ਭਾਗਾਂ ਵਾਲੀ ਤਾੜੀ ਮਿਲਾ ਕੇ ਸਭ ਲਾਣੀ ਬੜੇ ਭਾਗਾਂ ਵਾਲੀ ਹੁੰਦੀ ਆ ਉਹ ਥਾਂ ਕਿ ਜਿੱਥੇ ਮਾਂ ਦੀ ਜੋਤ ਜਗੀ ਦੀ ਜੋਤ ਜਗੀ ਦੀ ਬੜੇ ਭਾਗਾਂ ਵਾਲੇ ਹੁੰਦੀ ਆ ਉਹ ਥਾਂ ਕਿ ਜਿੱਥੇ ਮਾਰੀ ਜੋਤ ਜਗਦੀ ਭਗਤਾਂ ਨੇ ਤੇਰੀ ਜੋਤ ਜਗਾਈ ਭਗਤਾਂ ਨੇ ਮਾਂ ਸੰਗਤਾਂ ਨੇ ਤੇਰੀ ਜੋਤ ਜਗਾਈ ਮਹਾਂ ਮਾਨ ਵਸੋ ਵਿੱਚ ਆ ਕੇ ਮਹਾਮਾਈ ਮਾਨ ਵਸੋ ਮਹਾਂ ਭਗਤਾਂ ਨੇ ਤੇਰੀ ਜੋਤ ਜਗਾਈ ਮਾਨ ਵਸੋ ਵਿੱਚ ਆ ਕੇ ਮਹਾਮਾਈ ਭਗਤਾਂ ਦੇ ਅੱਗੇ ਸੰਗਤਾਂ ਦੇ ਅੱਗੇ ਭਗਤਾਂ ਦੇ ਫੜ ਸ੍ਰੀ ਮਾਤਾ ਕਿ ਜਿੱਥੇ ਮਾਂ ਦੀ ਜੋਤ ਜਗਦੀ ਬੜੇ ਉਹ ਬੜੇ ਭਾਗਾਂ ਵਾਲੇ ਹੁੰਦੀ ਆ ਉਹ ਥਾਂ ਕਿ ਜਿੱਥੇ ਮਾਂ ਦੀ ਜੋਤ ਜਗਦੀ ਹਰ ਵੇਲੇ ਹਰ ਵੇਲੇ ਰਹਿਣ
والیا سٹوڈیو لائیو دکھا رہے ہیں ساڈے پی ایس جمشیریا لائیو چل رہے ہیں بہت بڑا چینل ہو گیا یوٹیوب دا مالک سارے نوں تندرستیاں بخشے سارے نوں ترقیاں بخشے اور شروعات ہو گئی ہے ساڈے نگر کھیڑے دی کوئی پھر تو اسی کہہ سکدے ہیں کہ ساڈے کرم بڑے چنگے سانوں مان ہے کہ اسی اس دھرتی تے جنم لیا ہے اور جڑیاں باہرو پہنا اینے اپنا گھر بنایا جنہاں نے ایتھے بسیا ਉਹ ਸਾਡੇ ਨਾਲ ਵੀ ਬੇਹੱਦ ਮਾਣ ਉਹਨਾਂ ਨੂੰ ਹੈ ਕਿ ਸਾਡਾ ਘਰ ਪਰਿਵਾਰ ਸਾਡਾ ਘਰ ਸੰਸਾਰ ਇੱਥੇ ਸ਼ੁਰੂਆਤ ਹੋਈ ਹੈ ਔਰ ਵਧੀਆ ਤਰੀਕੇ ਨਾਲ ਚੱਲ ਰਿਹਾ ਕਿਉਂਕਿ ਗੁਰੂਆਂ ਪੀਰਾਂ ਸੰਤਾਂ ਮਹਾਂਪੁਰਸ਼ਾਂ ਦੀ ਇਹ ਧਰਤੀ ਹੈ ਜਿਹਨੂੰ ਵੱਖ ਵੱਖ ਤਰ੍ਹਾਂ ਦਾ ਆਸ਼ੀਰਵਾਦ ਹੈ ਔਰ ਇਸੇ ਕਰਕੇ ਪਿਆਰ ਅਤੇ ਪਾਕ ਪਵਿੱਤਰ ਸੁਨੇਹਾ ਇਸ ਨਗਰ ਤੋਂ ਹਰ ਦੁਨੀਆਂ ਨੂੰ ਜਾਂਦਾ ਹੈ ਔਰ ਇੱਕ ਵਾਰੀ ਫਿਰ ਤੋਂ ਸਾਰਿਆਂ ਦੇ ਸ਼ੁਕਰਗੁਜ਼ਾਰ ਔਰ ਬੇਨਤੀ ਕਰਾਂਗੇ ਜਿੱਥੋਂ ਤੱਕ ਸਾਡੀ ਆਵਾਜ਼ ਅਲੀ ਸਾਊਂਡ ਸਰਵਿਸ ਦੇ ਜ਼ਰੀਏ ਤੁਹਾਡੇ ਕੰਨਾਂ ਤੱਕ ਪਹੁੰਚ ਰਹੀ ਹੈ ਆ ਜਾਓ ਜਲਦੀ ਤੋਂ ਜਲਦੀ ਸਾਰੇ ਜਾਣੇ ਪਹਿਚਾਣੇ ਤੇਰੇ ਆ ਨਾਮ ਕਿਸੇ ਦਾ ਹੈ ਮੈਂ ਲੈਵਾਂ ਤਾਂ ਲਿਸਟ ਬੜੀ ਲੰਬੀ ਹੋ ਜਾਣੀ ਹੈ ਸਾਡੇ ਮਾਲਕ ਬੈਠੇ ਨੇ ਮੁਰਸ਼ਦ ਬੈਠੇ ਨੇ ਮੈਂ ਅਕਸਰ ਇਹਨਾਂ ਦੇ ਨਾਂ ਤੋਂ ਸ਼ੁਰੂਆਤ ਕਰਦਾ ਹੁੰਦਾ ਕਿ ਸਤਿਗੁਰ ਹੋਏ ਦਿਆਲ ਅਤੇ ਸ਼ਰਧਾ ਪੂਰੀ ਹੈ ਅੱਜ ਦਾ ਮਾਲਕ ਜਿਹਨੂੰ ਇਸ ਨਗਰ ਨੇ ਸਿਖਰ ਬਣਾਇਆ ਜਿਹਨੂੰ ਪੰਜਾਬ ਨੇ ਆਸ਼ੂ ਸਿੰਘ ਬਣਾਇਆ ਅੱਜ ਆਪ ਸਭ ਦੇ ਰੂਬਰੂ ਮਾਂ ਦੇ ਗੁਣਗਾਨ ਦੇ ਲਈ ਸਾਡੇ ਮਹਾਂਪੁਰਸ਼ਾਂ ਵੱਲੋਂ ਹੁਕਮ ਹੋਇਆ ਉਹਨਾਂ ਦੇ ਹੁਕਮ ਨੂੰ ਸਿਰ ਮੱਥੇ ਮੰਨਦੇ ਹੋਏ ਜਮਸ਼ੇਰ ਦੀ ਧਰਤੀ ਦੀ ਇਹ ਸਰਹੱਦ ਜ਼ਮੀਨ ਨੂੰ ਹੁਕਮ ਬਦਲ ਰੱਖਦੇ ਹੋਏ ਖੂਬਸੂਰਤ ਅੰਦਾਜ਼ ਔਰ ਖੂਬਸੂਰਤ ਆਵਾਜ਼ ਦਾ ਮਾਲਕ ਆਪ ਸਭ ਦੇ ਰੂਬਰੂ ਆਸ਼ੂ ਸਿੰਘ ਜੀ ਆਓ ਆਸ਼ੂ ਸਿੰਘ ਜੀ ਆਓ Thank you.
ساتھ میں
ਸਾਰੇ ਨਗਰ ਨੂੰ ਤੁਹਾਡੇ ਵਿਹੜੇ ਵਿੱਚ ਤੁਹਾਡੇ ਆਪਣੇ ਨਗਰ ਵਿੱਚ ਬਹੁਤ ਵੱਡੀ ਮੁਬਾਰਕ ਹੈ ਮਾਂ ਦੇ ਆਉਣ ਦੀ ਮੁਬਾਰਕ ਤੇ ਸਾਰੇ ਨੇ ਮੇਰੇ ਵੱਲੋਂ ਜੈ ਮਾਤਾ ਦੀ ਇੱਕ ਕਿ ਤੋਂ ਗੱਲਾਂ ਮੈਂ ਹੁਣੇ ਕਰ ਲੈਣੇ ਕਿ ਮੈਂ ਕਿਸੇ ਨੂੰ ਬਾਰ ਬਾਰ ਨਹੀਂ ਕਹਿਣਾ ਕਿ ਤੁਸੀਂ ਮੇਰੇ ਮਗਰੇ ਬੋਲਣਾ ਹੈ ਜਾਂ ਮਾਂ ਦਾ ਗੁਣ ਗਾਣ ਕਰਨਾ ਹੈ ਅਸੀਂ ਰੋਜ਼ ਸੌਣੇ ਹੁੰਦਾ ਹੈ ਇਹ ਕਰਮਾਂ ਵਾਲੀ ਰਾਤ ਹੈ ਅੱਜ ਮਾਂ ਨੇ ਬੁਲਾਇਆ ਹੈ ਰੋਜ਼ ਸੰਬੰਧ ਬਣਦਾ ਹੈ ਚੌਵੀ ਘੰਟੇ ਚੋਂ ਢਾਈ ਘੰਟੇ ਸਿਮਰਨ ਦਾ ਬਣਦਾ ਹੈ ਮੇਰੇ ਖਿਆਲ ਆਪਣੇ ਵਰਗਾ ਢਾਈ ਮਿੰਟ ਨਹੀਂ ਬੈਠ ਸਕਦਾ ਅੱਜ ਜੇ ਮੌਕਾ ਮਿਲਿਆ ਹੈ ਅੱਜ ਲਾਹ ਖੱਟ ਲਓ ਬਾਕੀ ਜਿੰਨੇ ਜ਼ਕਾਰੇ ਲੱਗਣ ਮੈਂ ਨਹੀਂ ਕਿਸੇ ਨੂੰ ਕਹਿਣਾ ਹੱਥ ਉੱਪਰ ਕਰ ਲਓ ਸਾਡਿਆਂ ਦੀ ਖੁਸ਼ੀ ਹੈ ਆਪਣੇ ਸਤਿਗੁਰ ਕੋਲ ਬਹਿਣ ਦੀ ਖੁਸ਼ੀ ਹੈ ਉਹਨੇ ਜ਼ਕਾਰੇ ਬੋਲਣੇ ਹੈ ਉਹਨੇ ਤਾੜੇ ਵਜਾਉਣੀ ਹੈ ਉਹਨੇ ਮਾਂ ਦਾ ਗੁਣਗਾਨ ਕਰਨਾ ਹੈ ਉਹਨੇ ਨੱਚਣਾ ਹੈ ਬਸ ਇੰਨੇ ਕੰਮ ਹੈ ਜਿਹਨੂੰ ਮਾਲਕ ਨਾਲ ਪਿਆਰ ਹੈ ਬੋਲੀਏ ਸੱਚੇ ਦਰਬਾਰ ਕੀ ਅਜੇ ਵੀ ਲੱਗਦਾ ਤੇ ਪਤਾ ਨਹੀਂ ਸੌਣ ਪਿੱਛੇ ਆ ਨਹੀਂ ਦੀ ਗਾਣੀ ਪਤਾ ਲੱਗਾ ਬੋਲੀਏ ਸੱਚੇ ਦਰਬਾਰ ਕੀ ਦਰਬਾਰ ਕੀ ਦਰਬਾਰ ਕੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਮੇਰੀਆਂ ਲਕੀਰਾਂ ਨੇ ਦੇਖ ਲੈਣੀ ਤੇ ਸਿੱਧੀਆਂ ਹੋ ਜਾਣੀਆਂ ਆਪ ਜੀ ਲਗਾ ਲਿਆ ਕਰੋ ਮੈਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬੜਾ ਕਰਮਾਂ ਵਾਲਾ ਸਮਝਦਾ ਕਿ ਮੈਨੂੰ ਹੋਰਾਂ ਕਲਾਕਾਰਾਂ ਦਾ ਨਹੀਂ ਪਤਾ ਵੀ ਮੈਨੂੰ ਆਪਣਾ ਪਤਾ ਵੀ ਮੈਨੂੰ ਪਿੰਡ 'ਚ ਪਿਆਰ ਮਿਲਦਾ ਗੁਰੂਆਂ ਦੀ ਕਿਰਪਾ ਨਾਲ ਆਸ਼ੀਰਵਾਦ ਮਿਲਦਾ ਬਾਕੀ ਦੋ ਲਾਈਨਾਂ ਸੁਣ ਕੇ ਉਸ ਤੋਂ ਬਾਅਦ ਤੁਹਾਡੀ ਮੌਜ ਹੈ ਜਾਂ ਮਹਾਰਾਣੀ ਦੀ ਮੌਜ ਹੈ ਸਤਿਗੁਰਾਂ ਦੀ ਮੌਜ ਹੈ ਪਹਿਲਾਂ ਮਾਂ ਦੇ ਜਾਗੇ ਦੀ ਗੱਲ ਕਰਾਂਗਾ ਤੇ ਅੱਜ ਕਿੰਨਾਂ ਦੀ ਗੱਲ ਕਰਾਂਗਾ ਸਤਿਗੁਰਾਂ ਦੀ ਗੱਲ ਉਸ ਤੋਂ ਬਾਅਦ ਮਾਂ ਦੇ ਨਾਮ ਦੀ ਮਸਤੀ ਹੋਵੇ ਆ ਜਾਓ ਅੱਜ ਕਰਨਾ ਕੀ ਹੈ ਸਿਮਰਨ ਕਰਨਾ ਉਹਦੇ ਚਰਨਾਂ ਚ ਬੇਨਤੀ ਕਰਨੀ ਮੈਂ ਦੀਵਾ ਜਦ ਮੈਂ ਮਾਂ ਦਾ ਨਾਮ ਲਿਆ ਜਦ ਮੈਂ ਮਾਂ ਦਾ ਨਾਮ ਲਿਆ ਤੇ ਮੇਰੀ ਜੀਭਾ ਹੋ ਗਈ ਗੱਲਾਂ ਕਰਨੀਆਂ ਰੱਜ ਕੇ ਕਰਨੀਆਂ ਜਾਂ ਮਾਂ ਨਾਲ ਕਰਨੀਆਂ ਜਾਂ ਸਾਡੇ ਨਾਲ ਕਰਨੀਆਂ ਆਪਸ ਚ ਨਹੀਂ ਕਰਨੀਆਂ ਮੈਂ ਨੀ ਮੈਂ ਮੇਰੀ ਮਈਆ ਉੱਚੀ ਜਦ ਮੈਂ ਮਾਂ ਦਾ ਨਾਮ ਲਿਆ ਮੇਰੀ ਜੀਭਾ ਹੋ ਗਈ ਉੱਚੀ ਤੇ ਸੁੱਚੀ ਬਸ ਇੰਨਾ ਕੰਮ ਹੈ ਸੁੱਚਾ ਕਰਨਾ ਆਪਣੀ ਜੀਭਾ ਨੂੰ ਪਤਾ ਨਹੀਂ ਰੋਜ਼ ਕਿੰਨੇ ਝੂਠ ਬੋਲਦੇ ਆ ਹੁਣ ਮਾਂ ਕੇ ਬੇਨਤੀ ਕਰਨੀ ਕਿ ਮਾਂ ਬੜੇ ਚਾਵਾਂ ਨਾਲ ਤੇਰਾ ਜਾਗਰਣ ਕਰਵਾਇਆ ਹੈ ਇੱਕ ਗੁਜ਼ਾਰਿਸ਼ ਹੈ ਕਿ ਬੇਨਤੀ ਹੈ ਕਿ ਜਾਗੇ ਵਿੱਚ ਜ਼ਰੂਰ ਦਰਸ਼ਨ ਦੇ ਮਾਂ ਨੇ ਆਉਣਾ ਜ਼ਰੂਰ ਹੁੰਦਾ ਬੋਲੀਏ ਸੱਚੇ ਦਰਬਾਰ ਕੀ ਤੇਰਾ ਜਾਗਰਣ ਕਰਾਇਆ ਹੈ ਤੇਰਾ ਜਾਗਰਣ ਕਰਾਇਆ ਜਿੰਨੀ ਤਾੜੀ ਵੱਜੂਗੀ ਉਨੀ ਹਾਜ਼ਰੀ ਲੱਗੂਗੀ ਜਿੰਨੀ ਤਾੜੀ ਵੱਜੂਗੀ ਜਿੰਨੀ ਤਾੜੀ ਵੱਜੂਗੀ ਤੇਰਾ ਜਗਨ ਕਰਾਇਆ ਤੇਰਾ ਜਗਨ ਕਰਾਇਆ ਆ ਦੇਖ ਰੌਣਕਾਂ ਲੱਗੀਆਂ ਆਹ
ماں دی بینی دا رنگ ماں دی چوڑی دا رنگ ماں دی مہندی دا رنگ ماں دے لالاں دا رنگ کیوں لال ہے اج اودے اون دی خوشی ہے اج اودے اون دا چا اچھا دسو اودے اون دی خوشی کینو ہے پہلا تاں پروار دی خوشی ہے خوشی ہے اچھا دسو خوشی منائی کیویں جاندی ہے کیویں کیویں نچدا کے اچھا کیویں منائی جاندی خوشی موسم ٹھنڈا رہنا تو کوئی گل نہیں ہے ہجے انہوں نچ رہا تھے یہ خوشی منائی جاتی ہے نچ کے سولہ ماں این خوشی تیری آؤں کہ نچ نچ کے خوشی منا ہے پکا بولیے سچے دربار کی دربار کی ماں پہاڑا ماں پہاڑا جدو خوشی ہے نچنا چاہیے نچن کرما والیا خوشی ہے کہ خوشی ہے ماں پہاڑا والیے جن اپنے ست پر پیار ہے مہارانی کا پیار ہے ہو جاؤ باقی تاری مرضی ہے ماں پہاڑا والیے میں